ਅਰੈਸਟ ਕੀਤਾ ਬੰਦਾ ਕੀ ਅੱਜ ਉਹਦੇ ਦਾ ਨਾਲ? ਸੁਖਵਿੰਦਰ ਸਿੰਘ ਪੁੱਤਰ ਬੰਤ ਸਿੰਘ ਗੁਰੂ ਅੰਗਦ ਦੇਵ ਨਗਰ ਅਮਲੋਹ ਰੋਡ ਖੰਨਾ ਜ਼ਿਲ੍ਹਾ ਲੁਧਿਆਣਾ ਦੇ ਬਰਬਿਆਂ ਤੇ ASI ਰਮੇਸ਼ ਕੁਮਾਰ ਜੋ ਸਕੱਤਰ RTA ARTA ਦਫ਼ਤਰ ਹੁਸ਼ਿਆਰਪੁਰ ਵਿਖੇ ਲੱਗਾ ਹੋਇਆ ਸੀ, ਇਹ ਉਸ ਤੋਂ ਰਿਸ਼ਵਤ ਮੰਗਦਾ ਸੀ ਕਿ ਤੂੰ ਮੇਰੇ ਨਾਲ ਸੈਟਿੰਗ ਕਰ ਮਹੀਨਾ। ਉਸ ਦੀ ਟਰਾਂਸਪੋਰਟ ਕੰਪਨੀ ਹੈ ਜਿਹਦੀਆਂ ਕੁਛ ਗੱਡੀਆਂ ਦੇ ਇਹਨੇ ਕਾਫੀ ਚਲਾਨ ਕੀਤੇ ਆ। ਚਲਾਨ ਭੁਗਤਣ ਤੋਂ ਬਾਅਦ ਇਹ ਕਹਿੰਦਾ ਨਹੀਂ ਤਾਂ ਤੇਰੇ ਚਲਾਨ ਇਸੇ ਤਰ੍ਹਾਂ ਹੋਣਗੇ ਅਗਰ ਜੇ ਤੂੰ ਮੇਰੇ ਨਾਲ 50,000 ਰੁਪਇਆ ਪਰ ਮੰਥ ਮੰਥਲੀ ਨਾ ਦਿੱਤੀ ਰੇ ਬਤੌਰ ਰਿਸ਼ਵਤ। ਇਹ ਪਿਛਲੇ 2 ਮਹੀਨੇ ਦੀ ਮੰਥਲੀ ਪਲੱਸ ਐਡਵਾਂਸ 1 ਮਹੀਨੇ ਦੀ 1.5 ਲੱਖ ਰੁਪਇਆ ਅੱਜ ਲੈਂਦਾ ਹੱਥੀਂ ਇਹਨੂੰ ਜੰਡੂ ਸਿੰਘਾ ਤੋਂ ਅਸੀਂ ਸਰਕਾਰੀ ਗੁਹਾਂ ਦੇ ਹਾਜ਼ਰੀ ਦੇ ਵਿੱਚ ਗ੍ਰਿਫਤਾਰ ਕੀਤਾ। ਅਤੇ ਬਾਕੀ ਇਹਦੇ ਘਰ ਤੋਂ ਸਰਚ ਕਰਨ ਦੌਰਾਨ 6.5 ਲੱਖ ਭਾਰਤੀ ਕਰੰਸੀ, 2,000 ਅਮਰੀਕਨ ਡੋਲਰਸ, ਕੁਛ ਹੋਰ ਵੀ ਡੋਲਰਸ ਨੇ, ਉਹ ਤਾਂ ਹੁਣ ਜਦੋਂ ਇਨਵੈਸਟੀਗੇਸ਼ਨ ਚੱਲ ਰਹੀ ਉਹਦੇ ਵਿੱਚ ਪਤਾ ਲੱਗੂਗਾ। ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਦੇਖਾਂਗੇ ਇਹਦੀ ਗੱਡੀ ਦੇ ਵਿੱਚ ਇੱਕ ਰਿਵਾਲਵਰ ਨੰਗਾ, ਮਤਲਬ ਉਹਦੇ ਕਵਰ ਕੁਵਰ ਕੋਈ ਨਹੀਂ ਸੀ, ਕੁਛ RCs, ਕੁਛ ਲਾਇਸੈਂਸ, ਕੁਛ ਪਰਮਿਟਸ ਅਤੇ ਕੁਛ ਹੋਰ ਬੰਦਿਆਂ ਦੇ ਚੈੱਕ ਬੈਂਕ ਬੁੱਕਾਂ ਉਹ ਮਿਲੀਆਂ ਨੇ ਜਿਸ ਦੇ ਵਿੱਚ ਉਹ ਬਰਾਮਦ ਕੀਤੀਆਂ ਨੇ ਅਤੇ ਅੱਗੇ ਤਫਤੀਸ਼ ਇਹਦੀ ਜਾਰੀ ਹੈ। ਅਗਲੀ ਤਫਤੀਸ਼ ਦੇ ਵਿੱਚ ਇਹ ਦੇਖਿਆ ਜਾਊਗਾ ਕਿ ਇਹਦੇ ਹੋਰ RTA ਅਸਿਸਟੈਂਟ RTA ਜਾਂ ਐਨੀ ਟਰਾਂਸਪੋਰਟ ਕਿਸ ਅਧਿਕਾਰੀ ਕਰਮਚਾਰੀ ਨਾਲ ਲਿੰਕ ਹੈ ਉਹ ਇਨਵੈਸਟੀਗੇਸ਼ਨ ਦੇ ਵਿੱਚ ਦੇਖਿਆ ਜਾਊਗਾ। ਇਹ 'ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ, ਤਫਤੀਸ਼ ਹੈ ਜਾਰੀ ਹੈ ਜੀ। ਜਿਹੜੀ ਕਾਰਵਾਈ ਸੀ ਪੂਰੇ ਪੰਜਾਬ ਲੈਵਲ 'ਤੇ ਹੋ ਰਹੀ ਸੀ ਇਹਦੇ ਵੱਲੋਂ? ਜਿੰਨੇ ਵੀ ਪੰਜਾਬ ਦੇ ਟਰਾਂਸਪੋਰਟ ਨੇ, ਬੱਸ ਆਪਰੇਟਰਸ ਹੈਗੇ ਨੇ, ਜਿੰਨੀਆਂ ਬੱਸਾਂ ਪ੍ਰਾਈਵੇਟ ਚੱਲਦੀਆਂ ਨੇ, ਮਿੰਨੀਆਂ ਟਰਾਲੀਆਂ, ਜੋ ਲੋਕ ਮਤਲਬ ਆਪਣਾ ਰੋਟੀ ਰੋਜੀ ਦੇ ਸਾਧਨ ਦੇ ਨਾਲ ਜੁੜੇ ਹੋਏ ਸੀ, ਉਹਨਾਂ ਨੂੰ ਸਾਰਿਆਂ ਤੋਂ ਹੀ ਮੰਥਲੀ ਲੈਂਦਾ ਹੋਵੇਗਾ। ਉਹ ਡਿਊਰਿੰਗ ਇਨਵੈਸਟੀਗੇਸ਼ਨ ਪਤਾ ਲੱਗੂ ਕਿੱਥੋਂ ਕਿੰਨੇ ਕਿੰਨੇ ਪੈਸੇ ਇਹ ਮੰਥਲੀ ਲੈਂਦਾ ਸੀ, ਜਿਹੜਾ ਸਰਕਾਰ ਨੂੰ ਹਰ ਮਹੀਨੇ ਕਿੰਨੇ ਲੱਖ ਦਾ ਚੂਨਾ, ਕਰੋੜਾਂ ਦਾ ਚੂਨਾ ਲਾਉਂਦਾ ਸੀ। ਸਰ ਕੁਛ ਮੁੱਢਲੀ ਪੁੱਛਗਿੱਛ ਦੇ ਵਿੱਚ ਇਹਨੇ ਕੁਛ ਦੱਸਿਆ ਕਿ ਕਿੰਨੇ ਕੁ ਟਾਈਮ ਤੋਂ ਹੋ ਸਕਦਾ? ਮੁੱਢਲੀ ਪੁੱਛਗਿੱਛ ਦੇ ਵਿੱਚ ਜੋ ਉਹਨੂੰ ਦੱਸਿਆ ਹਜੇ ਤਾਂ ਉਹ ਦੱਸਣ ਵਾਸਤੇ ਤਿਆਰ ਨਹੀਂ, ਤਫਤੀਸ਼ ਜਾਰੀ ਹੈ। ਠੀਕ ਹੈ ਜੀ। ਜੋ ਕੁਛ ਉਹਦੇ ਕੋਲੋਂ ਬਰਾਮਦ ਹੋਇਆ ਉਹਦੇ ਬਾਰੇ ਤੁਹਾਨੂੰ ਦੱਸ ਦਿੰਦਾ। ਕੋਰਟ ਦੇ ਵਿੱਚ ਕੱਲ੍ਹ ਕੋਰਟ ਦੇ ਵਿੱਚ ਅਸੀਂ ਇਹਨੂੰ ਕੱਲ੍ਹ ਪੇਸ਼ ਕਰਾਂਗੇ। ਠੀਕ ਹੈ।